ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਮੈਂ ਤੁਹਾਡਾ ਪਰਫੈਕਟ ਅਕੈਡਮੀ ਸਰਦੂਲਗੜ੍ਹ ਵਿੱਚ ਸਵਾਗਤ ਕਰਦੀ ਹਾਂ। ਅੱਜ ਅਸੀਂ ਹੱਲ ਕਰਾਂਗੇ ਜਮਾਤ 7ਵੀਂ ਕੰਪਿਊਟਰ ਸਾਇੰਸ ਪਾਠ 5ਵਾਂ ਦਾ ਅਭਿਆਸ। ਬਹੁ ਪਸੰਦੀ ਪ੍ਰਸ਼ਨ। ਪ੍ਰਸ਼ਨ ਪਹਿਲਾ, ਤਸਵੀਰ ਨੂੰ ਸਿਲੈਕਟ ਕਰਨ ਉਪਰੰਤ ਡੈਸ਼ ਟੈਬ ਦਿਖਾਈ ਦਿੰਦਾ ਹੈ। ਊੜਾ ਫਾਟਮੈਂਟ, ਐੜਾ ਪੇਜ ਲੇਆਊਟ, ਈੜੀ ਇਨਸਰਟ, ਸੱਸਾ ਵਿਊ। ਉੱਤਰ ਊੜਾ ਫਾਟਮੈਂਟ। ਪ੍ਰਸ਼ਨ ਦੂਸਰਾ, ਅਸੀਂ ਰੈਪ ਟੈਕਸਟ ਕਰਦੇ ਹੋਏ ਡੈਸ਼ ਆਪਸ਼ਨ ਵਰਤ ਸਕਦੇ ਹਾਂ। ਊੜਾ ਸਕੇਅਰ, ਐੜਾ ਬਹਾਈਡਿੰਗ ਟੈਕਸਟ, ਈੜੀ ਟਾਈਟ, ਸੱਸਾ ਉਪਰੋਕਤ ਸਾਰੇ। ਪ੍ਰਸ਼ਨ ਤੀਸਰਾ, ਤਸਵੀਰ ਦੇ ਕਿਸੇ ਬੇਲੋੜੀਂਦੇ ਹਿੱਸੇ ਨੂੰ ਹਟਾਉਣ ਲਈ ਡੈਸ਼ ਆਪਸ਼ਨ ਦੀ ਵਰਤੋਂ ਕੀਤੀ ਜਾਂਦੀ ਹੈ। ਊੜਾ ਕਰਾਪ, ਐੜਾ ਰੋਟੇਟ, ਈੜੀ ਗਰੁੱਪ, ਸੱਸਾ ਕੰਪੈਕਸ। ਉੱਤਰ ਹੈ ਊੜਾ ਕਰਾਪ। ਚੌਥਾ, ਪਰਫਾਰਮੈਂਟ ਟੈਬ ਦੇ ਅਬਜੈਕਟ ਗਰੁੱਪ ਵਿੱਚ ਹੇਠ ਲਿਖਿਆਂ ਵਿੱਚੋਂ ਡੈਸ਼ ਆਪਸ਼ਨ ਮੌਜੂਦ ਨਹੀਂ ਹੁੰਦੀ। ਊੜਾ ਕੁਰੈਕਸ਼ਨਸ, ਐੜਾ ਰਿਮੂਵ ਬੈਕਗਰਾਊਂਡ, ਈੜੀ ਆਰਟਿਸਟਿਕ ਇਫੈਕਟਸ, ਸੱਸਾ ਪਿਕਚਰ ਸਟਾਈਲਸ। ਉੱਤਰ ਹੈ ਈੜੀ ਆਰਟਿਸਟ ਸਟਾਈਲ। ਪੰਜਵਾਂ, ਅਸੀਂ ਅੱਖਰਾਂ ਦੀ ਗਿਣਤੀ ਨੂੰ ਵਿੰਡੋ ਦੇ ਹੇਠਲੇ ਪਾਸੇ ਡੈਸ਼ ਬਾਰ ਵਿੱਚ ਲੱਭ ਸਕਦੇ ਹਾਂ। ਊੜਾ ਟੈਕਸਟ ਬਾਰ, ਐੜਾ ਸਟੇਟ ਬਾਰ, ਈੜੀ ਟਾਈਟਲ ਬਾਰ, ਸੱਸਾ ਸਕਰੋਲ ਬਾਰ। ਉੱਤਰ ਹੈ ਐੜਾ ਸਟੇਟਸ ਬਾਰ। ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਪ੍ਰਸ਼ਨ ਪਹਿਲਾ, ਕਿਹੜਾ ਆਪਸ਼ਨ ਟੈਕਸਟ ਨੂੰ ਦੋ ਜਾਂ ਦੋ ਤੋਂ ਵੱਧ ਭਾਗਾਂ ਵਿੱਚ ਵੰਡਦਾ ਹੈ? ਉੱਤਰ ਹੈ ਪੇਜ ਲੇਆਊਟ ਵਿੱਚ ਕੋਲਮਸ ਆਪਸ਼ਨ। ਪ੍ਰਸ਼ਨ ਦੂਸਰਾ, ਕਿਹੜੀ ਪੇਜ ਓਰੀਐਂਟੇਸ਼ਨ ਪੇਜ ਨੂੰ ਹੋਰੀਜੈਂਟਲੀ ਦਿਸ਼ਾ ਵਿੱਚ ਸੈੱਟ ਕਰਦੀ ਹੈ? ਉੱਤਰ ਹੈ ਲੈਂਡਸਕੇਪ ਓਰੀਐਂਟੇਸ਼ਨ। ਪ੍ਰਸ਼ਨ ਤੀਸਰਾ, ਕਿਸ ਆਪਸ਼ਨ ਦੀ ਮਦਦ ਨਾਲ ਦੋ ਜਾਂ ਦੋ ਤੋਂ ਵੱਧ ਤਸਵੀਰਾਂ ਕਿਸ ਤਰ੍ਹਾਂ ਇਕੱਠੀਆਂ ਹੋ ਜਾਂਦੀਆਂ ਹਨ ਜਿਵੇਂ ਕਿ ਉਹ ਇੱਕ ਹੀ ਓਬਜੈਕਟ ਹੋਵੇ? ਉੱਤਰ ਹੈ ਗਰੁੱਪ ਆਪਸ਼ਨ। ਪ੍ਰਸ਼ਨ ਚੌਥਾ, MS Word ਦੀ ਕਿਹੜੀ ਆਪਸ਼ਨ ਦੀ ਵਰਤੋਂ ਨਾਲ ਪਿਕਚਰ ਦੇ ਰੰਗਾਂ ਨੂੰ ਬਦਲਿਆ ਜਾ ਸਕਦਾ ਹੈ? ਉੱਤਰ ਹੈ ਫੋਰਮੈਟ ਕਲਰ ਰਿਕਾਲਰ ਆਪਸ਼ਨ। ਪ੍ਰਸ਼ਨ ਪੰਜਵਾਂ, MS Word ਦੀ ਕਿਹੜੀ ਆਪਸ਼ਨ ਦੀ ਵਰਤੋਂ ਸ਼ਬਦਾਂ ਦੀ ਗਿਣਤੀ ਕਰਨ ਲਈ ਕੀਤੀ ਜਾਂਦੀ ਹੈ? ਉੱਤਰ ਹੈ ਵਰਡ ਕਾਊਂਟ। ਖਾਲੀ ਥਾਵਾਂ ਭਰੋ। ਪਹਿਲਾ, ਪੇਜ ਦੀ ਓਰੀਐਂਟੇਸ਼ਨ ਡੈਸ਼ ਕਿਸਮਾਂ ਦੀ ਹੁੰਦੀ ਹੈ? ਉੱਤਰ ਹੈ ਦੋ। ਡੈਸ਼ ਨਾਲ ਸੰਬੰਧਿਤ ਗਲਤੀ ਸ਼ਬਦ ਹਮੇ ਹੇਠਾਂ ਲਾਲ ਰੰਗ ਦੀ ਵੇਵੀ ਲਾਈਨ ਦੁਆਰਾ ਦਰਸਾਇਆ ਜਾਂਦਾ ਹੈ? ਉੱਤਰ ਹੈ ਸਪੈਲਿੰਗ। ਤੀਸਰਾ, ਡੈਸ਼ ਪੇਜਾਂ ਦੇ ਕਿਨਾਰਿਆਂ ਦੇ ਆਲੇ ਦੁਆਲੇ ਪਈ ਖਾਲੀ ਥਾਂ ਡੈਸ਼ ਹੁੰਦੀ ਹੈ? ਉੱਤਰ ਹੈ ਮਾਰਜਨ। ਚੌਥਾ, ਡੈਸ਼ ਟੈਕਸਟ ਜਾਂ ਤਸਵੀਰਾਂ ਹੁੰਦੀਆਂ ਹਨ ਜੋ ਡਾਕੂਮੈਂਟ ਟੈਕਸਟ ਦੇ ਪਿੱਛੇ ਨਜ਼ਰ ਆਉਂਦੀਆਂ ਹਨ? ਉੱਤਰ ਹੈ ਵਾਟਰਮਾਰਕ। ਛੋਟੇ ਉੱਤਰਾਂ ਵਾਲੇ ਪ੍ਰਸ਼ਨ। ਪ੍ਰਸ਼ਨ ਪਹਿਲਾ, ਮਾਰਜਨ ਕੀ ਹੁੰਦੇ ਹਨ? ਉੱਤਰ ਹੈ ਪੇਜ ਮਾਰਜਨ ਪੇਜ ਦੇ ਕਿਨਾਰਿਆਂ ਦੇ ਆਲੇ ਦੁਆਲੇ ਛੱਡੀ ਗਈ ਖਾਲੀ ਥਾਂ ਹੁੰਦੀ ਹੈ। ਅਸੀਂ ਮਾਰਜਨ ਵਿੱਚ ਹੈਡਰਸ, ਫੁੱਟਰਸ ਅਤੇ ਪੇਜ ਨੰਬਰ ਆਦਿ ਦਾਖਲ ਕਰ ਸਕਦੇ ਹਾਂ। ਡਾਕੂਮੈਂਟ ਦਾ ਮਾਰਜਨ ਸੈੱਟ ਕਰਨ ਲਈ ਅਸੀਂ ਪੇਜ ਲੇਆਊਟ ਟੈਬ ਵਿੱਚ ਮਰਜਿਨਸ ਆਪਸ਼ਨ ਦੀ ਵਰਤੋਂ ਕਰ ਸਕਦੇ ਹਾਂ। ਮਾਰਜਨ ਪੇਜ ਦੇ ਚਾਰੇ ਪਾਸੇ, ਉੱਪਰ ਨੀਚੇ, ਖੱਬੇ ਪਾਸੇ ਅਤੇ ਸੱਜੇ ਪਾਸੇ ਸੈੱਟ ਕੀਤੇ ਜਾ ਸਕਦੇ ਹਨ। ਪ੍ਰਸ਼ਨ ਦੂਸਰਾ, ਕੰਪਰੈਸ ਪਿਕਚਰ ਤੋਂ ਤੁਸੀਂ ਕੀ ਸਮਝਦੇ ਹੋ? ਉੱਤਰ ਹੈ ਕੰਪਰੈਸ ਪਿਕਚਰ ਦੀ ਵਰਤੋਂ ਸਾਡੇ ਡਾਕੂਮੈਂਟ ਵਿੱਚ ਦਾਖਲ ਕੀਤੀਆਂ ਗਈਆਂ ਤਸਵੀਰਾਂ ਜਾਂ ਸਾਈਜ਼ ਘਟਾਉਣ ਲਈ ਕੀਤੀਆਂ ਜਾਂਦੀ ਹੈ। ਅਜਿਹਾ ਕਰਨ ਨਾਲ ਸਾਡੇ ਡਾਕੂਮੈਂਟ ਦਾ ਸਾਈਜ਼ ਘਟਾਇਆ ਜਾਂ ਵਧਾਇਆ ਜਾ ਸਕਦਾ ਹੈ। MS Word ਤਸਵੀਰਾਂ ਨੂੰ ਕੰਪਰੈਕਸ ਕਰਨ ਲਈ ਉਹਨਾਂ ਦੀ ਰੈਜੋਲਿਊਸ਼ਨ ਘਟਾ ਦਿੰਦਾ ਹੈ ਅਤੇ ਤਸਵੀਰਾਂ ਦੇ ਕਰਾਪ ਕੀਤੇ ਖੇਤਰ ਨੂੰ ਮਿਟਾ ਦਿੰਦਾ ਹੈ। ਤਸਵੀਰਾਂ ਨੂੰ ਕੰਪਲੈਕਸ ਕਰਨ ਦੀ ਆਪਸ਼ਨ ਪਿਕਚਰ ਟੂਲਸ ਫਾਰਮੈਂਟ ਟੈਬ ਵਿੱਚ ਮੌਜੂਦ ਹੁੰਦੀ ਹੈ। ਪ੍ਰਸ਼ਨ ਤੀਸਰਾ, ਰੀਸੈਟ ਪਿਕਚਰ ਬਾਰੇ ਲਿਖੋ। ਜੇਕਰ ਅਸੀਂ MS Word ਵਿੱਚ ਤਸਵੀਰ ਵਿੱਚ ਕੋਈ ਬਦਲਾਵ ਜਾਂ ਫਾਰਮੈਟਿੰਗ ਕਰਦੇ ਹਾਂ ਅਤੇ ਬਾਅਦ ਵਿੱਚ ਇਹਨਾਂ ਤਸਵੀਰਾਂ ਉੱਪਰ ਕੀਤੇ ਬਦਲਾਵ ਜਾਂ ਫਾਰਮੈਟਿੰਗਸ ਨੂੰ ਖਤਮ ਕਰਨਾ ਚਾਹੁੰਦੇ ਹਾਂ ਤਾਂ ਅਸੀਂ ਰੀਸੈਟ ਪਿਕਚਰ ਆਪਸ਼ਨ ਦੀ ਮਦਦ ਨਾਲ ਇਹ ਕੰਮ ਕਰ ਸਕਦੇ ਹਾਂ। ਰੀਸੈਟ ਪਿਕਚਰ ਆਪਸ਼ਨ ਪਿਕਚਰਸ ਟੂਲਸ ਫਾਰਮੈਟ ਟੈਬ ਵਿੱਚ ਮੌਜੂਦ ਹੁੰਦੀ ਹੈ। ਪ੍ਰਸ਼ਨ ਚੌਥਾ, ਕਰਾਪ ਆਪਸ਼ਨ ਕੀ ਹੈ?
उत्तर है MS Word विच क्रॉप ऑप्शन दा वरतों नाल सिलेक्ट कीती तस्वीर दे बेलोड़े हिस्से नू हटाया जा सकता है। ए ऑप्शन पिक्चर टूल्स फॉर्मेट टैब नू क्लिक करन तो बाद सिलेक्ट कीती तस्वीर दे किनारियां उपर क्रॉप हैंडल बन जांदे हन जिन्हां दी मदद नाल तस्वीरां नू आसानी नाल देखा जा सकता है। प्रश्न पंजवां ओरिएंटेशन तो तुसीं की समझदे हो। उत्तर ओरिएंटेशन ऑप्शन साढ़े डाकूमेंट के पेज की खड़वीं दिशा को निर्धारित करती है। MS Word विच हेठां लिखिया दो किस्मां दी पेज ओरिएंटेशन सैट की जा सकती है। पोर्ट्रेट ओरिएंटेशन इसका मतलब होंदा है पेज नूं वर्टिकल दिशा विच सैट करना। लैंडस्केप ओरिएंटेशन इसका मतलब होंदा है पेज नूं ओरिएंटेशन दिशा विच सैट करना। प्रश्न सीमा पिक्चर टूल्स फॉर्मेट टैब के एडजस्ट ग्रुप विच मौजूद वख वख ऑप्शनों के नाम लिखो। उत्तर है फॉर्मेट टैब विच सब तो पहला ग्रुप होंदा है। इस विच हेठां लिखिया मुख ऑप्शनज होंदियां हन। पहला कुरैक्शन, दूसरा कलर, तीसरा आरिस्टिक इफेक्ट्स, चौथा कंप्रेस पिक्चर, पंजवा चेंज पिक्चर, छेवां रीसेंट पिक्चर, सतवां रिमूव बैकग्राउंड। वड्डे उत्तरां वाले प्रश्न। पहला वाटरमार्क की हुंदा है। वर्ड डाकूमेंट विच वाटरमार्क दाखिल करन दे स्टैप लिखो। उत्तर है वाटरमार्क वह टैक्सट जां तस्वीर हुंदी है जो डाकूमेंट टैक्सट के बैकग्राउंड उपर नज़र आती है। आम तौर पर इसकी वरतों डाकूमेंट का स्टेटस ड्राफ्ट कंडीफिकेशनज आदि मार्क करने लिए की जाती है। वर्ड विच वाटरमार्क दाखिल करने के स्टैप इस प्रकार हैं। पहला पेज लेआउट टैब पर क्लिक करो, दूसरा पेज बैकग्राउंड ग्रुप विच वाटरमार्क ऑप्शन पर क्लिक करो। प्रश्न दूसरा MS Word की स्पैलिंग ग्रामर चैक विशेषता उपर नोट लिखो। उत्तर स्पैलिंग ग्रामर चैक विशेषता आम MS Word की एक महत्वपूर्ण विशेषता है। इस ऑप्शन की वरतों नाल असी अपने डाकूमेंट नू गलती रहत बना सकते हैं। MS Word की स्पैलिंग नाल संबंधित गलतियां नू लाल रंग की वेवी लाइन द्वारा दर्शाया जाता है, जदों कि ग्रामर दीयां गलतियां नू हरे रंग की वेवी लाइन नाल दर्शाया जाता है। MS Word इन्हां गलतियां ठीक करन दी सुविधा भी प्रदान करता है। इस काम लई रिव्यू टैब विच स्पैलिंग ग्रामर ऑप्शन की वरतों की जा सकती है। शार्टकट की F7 की वरतों नाल भी स्पैलिंग ग्रामर डायलॉग बाक्स ओपन करके गलतियां नूं ठीक किया जा सकता है। प्रश्न तीसरा डाकूमेंट नूं प्रिंट करन दे स्टैप लिखो। उत्तर जदों साडा डाकूमेंट पूरा हो जाता है तां असीं प्रिंट की वरतों नाल इस नूं प्रिंट भी कर सकते हाँ। डाकूमेंट नूं प्रिंट करन दे स्टैप इस प्रकार हैं। पहला फाइल मेनू टैब उपर क्लिक करो, दूसरा प्रिंट ऑप्शन उपर क्लिक करो, प्रिंट विंडोज़ नज़र आएगी। तीसरा इस विचों जरूरत अनुसार प्रिंटिंग नाल संबंधित ऑप्शन पेज की रेंज प्रिंट कीतियां जाण वालियां कापियां की गिनती आदि की चोण करो। चौथा प्रिंट बटन ते क्लिक करो। धन्यवाद।